ਮੇਰਾ ਤਾਂ ਫਰਜ਼ ਆ ਮੇਰੇ ਤਾਂ ਆਪਣੇ ਆ ਇਹ ਸਾਰੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਆਪਾਂ ਜਾ ਕੇ ਖੜ ਜਾਂਦੇ ਹਾਂ ਅਗਲੇ ਟਾਈਮ ਲੰਘ ਜਾਂਦਾ ਅਗਲੇ ਦਾ ਪਰ ਇਹ ਕਿਹੜੀ ਮੋਦੀ ਸਰਕਾਰ ਦੀ ਇਹ ਕਿਹੜੀ ਪਾਲਿਸੀ ਵੀ ਕਿਵੇਂ ਇਹ ਦੁੱਗਣੀ ਆਏ ਦੁੱਗਣੀ ਹੋ ਗਈ ਆਮਦਨ ਕਿਸਾਨ ਦੀ ਇਹ ਕਿਸਾਨ ਦੀ ਆਮਦਨ ਦੁੱਗਣੀ ਕਰ ਰਹੇ ਮੋਦੀ ਸਾਹਿਬ ਕਹਿੰਦੇ ਇੱਕ ਤਰੀਕ ਤੋਂ ਨਹੀਂ 11 ਤਰੀਕ ਤੋਂ ਕਰਨੀ ਹੈ ਕੀ ਮਤਲਬ ਪਹਿਲਾਂ ਕਦੇ ਮੀਂਹ ਨਹੀਂ ਪਏ ਸੀ ਹਰ ਵਾਰੀ 1 ਤਰੀਕ ਤੋਂ ਸ਼ੁਰੂ ਹੁੰਦੀ ਸੀ ਇਹ ਜਾਣ ਬੁੱਝ ਕੇ ਤੰਗ ਕਰਨ ਵਾਸਤੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਪਣੇ ਪੰਜਾਬੀਆਂ ਨੂੰ ਤੰਗ ਕਰਨ ਵਾਸਤੇ ਇਹਨਾਂ ਨੇ ਇਹ ਹਰਿਆਣੇ ਦੇ ਲੋਕਾਂ ਨੂੰ ਤੰਗ ਕਰਨ ਵਾਸਤੇ ਇਹਨਾਂ ਨੇ ਇਹ ਕੀਤਾ ਸਾਰਾ ਕੁਛ ਔਰ ਤੁਸੀਂ ਦੇਖੋ ਕਹਿੰਦੇ ਵੀ ਪਾਣੀ ਦਾ ਪੱਧਰ ਘੱਟ ਰਿਹਾ ਇਹੀ ਕਹਿੰਦੇ ਆ ਨਾ ਯੂਨੀਵਰਸਿਟੀ ਵੀ ਕਹਿੰਦੀ ਸਰਕਾਰਾਂ ਵੀ ਕਹਿੰਦੀਆਂ ਵੀ ਤੁਸੀਂ ਉਹ ਫਸਲ ਲਾਓ ਜਿਹੜੀ ਛੇਤੀ ਹੋ ਜੇ ਜਿਨ੍ਹਾਂ ਨੇ ਗੋਭੀ ਵਗੈਰਾ ਲਾਉਣੀ ਆ ਉਹ ਵੀ ਮਤਲਬ ਘੱਟ ਪੈਣ ਵਾਲੀ ਫਸਲ ਲਾਉਂਦੇ ਆ ਅਤੇ ਹੁਣ ਫਿਰ ਸਾਨੂੰ ਸਜ਼ਾ ਹੀ ਦੇਣੀ ਹੈ ਜਿਨ੍ਹਾਂ ਦੀ ਫਸਲ ਛੇਤੀ ਹੋ ਗਈ ਅਸੀਂ ਤਾਂ ਵੇਖ ਕੇ ਲਾਏ ਆ ਇਹ ਕੋਈ ਸਜ਼ਾ ਹੈ ਸੋ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਸੀ ਵੀ ਇੱਥੇ ਕਮ ਸੇ ਕਮ ਪਾਣੀ ਦਾ ਪ੍ਰਬੰਧ ਕਰ ਲੈਂਦੇ ਕੋਟਪੂਰੇ ਮੰਡੀ ਦੇ ਵਿੱਚ ਨਾ ਤਾਂ ਪੀਣ ਵਾਲੇ ਪਾਣੀ ਦਾ ਪ੍ਰਬੰਧ ਆ ਨਾ ਕੋਈ ਚੌਕੀਦਾਰ ਆ ਆਹ ਜਿਹੜਾ ਸ਼ੈੱਡ ਆ ਇਹ ਸ਼ੈੱਡ ਦੇ ਥੱਲੇ ਢੇਰੀਆਂ ਲੱਗਣੀਆਂ ਚਾਹੀਦੀਆਂ ਸੀ ਜ਼ਿਮੀਦਾਰਾਂ ਦੀਆਂ ਇਹਦੇ ਥੱਲੇ ਟਰੱਕ ਖੜਾ ਛੱਡੇ ਸੋ ਇਹ ਬੰਦੇ ਨੂੰ ਸਸਪੈਂਡ ਕਰਨਾ ਚਾਹੀਦਾ ਜਿਹਦੀ ਜ਼ਿੰਮੇਵਾਰੀ ਹੈਗੀ ਇੱਥੇ ਮੈਂ ਹੁਣੇ ਗੱਲ ਕਰਦਾ ਮੰਡੀ ਅਫਸਰ ਨਾਲ ਗੰਦ ਦੀਆਂ ਢੇਰੀਆਂ ਪਈਆਂ ਅਸੀਂ ਜਿਹੜੀ ਮੰਡੀ ਫੀਸ ਦਿੰਦੇ ਹਾਂ ਮਾਰਕੀਟ ਫੀਸ ਦਿੰਦੇ ਹਾਂ ਲੱਖਾਂ ਰੁਪਈਏ ਤਨਖਾਹ ਲੈਂਦੇ ਆ ਮੁਲਾਜ਼ਮ ਸਰਕਾਰ ਦੇ ਮੰਤਰੀ ਤਨਖਾਹ ਲੈਂਦੇ ਆ ਐਮਐਲਏ ਤਨਖਾਹ ਲੈਂਦੇ ਆ ਉਹ ਫਿਰ ਘਰੇ ਬੈਠਣ ਵਾਸਤੇ ਹੀ ਆ ਕੁਝ 200 ਰੁਪਈਏ ਕੁਇੰਟਲ ਕੰਪਨਸੇਸ਼ਨ ਮਿਲਣਾ ਚਾਹੀਦਾ ਮੁਆਵਜ਼ਾ ਮਿਲਣਾ ਚਾਹੀਦਾ 200 ਰੁਪਈਏ 100 ਰੁਪਈਆ ਪੰਜਾਬ ਸਰਕਾਰ ਦੇਵੇ 100 ਰੁਪਈਆ ਦੇਵੇ ਕੇਂਦਰ ਸਰਕਾਰ ਮੋਦੀ ਸਰਕਾਰ ਇੰਨਾ ਨੁਕਸਾਨ ਹੋ ਗਿਆ 1700 ਨੂੰ ਵਿਕ ਰਿਹਾ ਇੱਥੇ ਪ੍ਰਾਈਵੇਟ ਹੁਣ ਔਰ ਇਹ 200 ਘੱਟ ਮੋਦੀ ਸਾਹਿਬ ਕਹਿੰਦੇ ਨਾ MSP ਹੈ MSP ਹੈ ਕਹਾਂ ਹੈ MSP ਦੱਸੋ ਜਿਹਦੀ MSP ਗਰੰਟੀ ਹੈ ਲੀਗਲ ਗਰੰਟੀ ਹੈ ਤੁਹਾਡੀ ਸਰਕਾਰੀ ਖਰੀਦ ਆ ਉਹਨਾਂ ਦੇ MSP ਨਹੀਂ ਮਿਲਦੀ ਅੱਜ ਕਹਿੰਦੇ MSP ਹੈ MSP ਹੈ ਸੋ ਬਹੁਤ ਸਹੀ ਮੰਗ ਹੈ ਜਿਹੜੀ ਉੱਥੇ ਮੋਰਚੇ 'ਤੇ ਬੈਠੇ ਸਾਡੇ ਕਿਸਾਨ ਮਜ਼ਦੂਰ ਭਰਾ ਸਾਡੇ ਦਿੱਲੀ ਉਹਨਾਂ ਦੀ ਮੰਗ ਸਹੀ ਹੈ MSP ਦੀ ਲੀਗਲ ਗਰੰਟੀ ਹੋਣੀ ਚਾਹੀਦੀ ਹੈ ਅਤੇ 3 ਕਾਲੇ ਕਾਨੂੰਨ ਵਾਪਸ ਹੋਣੇ ਚਾਹੀਦੇ ਆ ਔਰ ਆਹ ਜਿਹੜਾ ਇਹਨਾਂ ਨੇ ਤਾਨਾਸ਼ਾਹੀ ਫੈਸਲਾ ਕੀਤਾ ਇਹ ਵੀ ਸਿਰਫ ਅਤੇ ਸਿਰਫ ਕਿਸਾਨਾਂ ਦੀ ਮਜ਼ਦੂਰਾਂ ਦੀ ਲੁੱਟ ਕਰਾਉਣ ਵਾਸਤੇ ਕੀਤਾ ਹੋਰ ਕੋਈ ਇਹਦਾ ਕਾਰਨ ਨਹੀਂ